ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਸਭ ਦਾ ਗੁਰ ਕੀ ਬਾਣੀ ਯੂਟਿਊਬ ਚੈਨਲ 'ਤੇ ਸਵਾਗਤ ਹੈ। ਵਾਹਿਗੁਰੂ ਜੀ ਸਾਰਿਆਂ 'ਤੇ ਕਿਰਪਾ ਕਰਨ। ਅੱਜ ਤੁਹਾਨੂੰ ਸਿਮਰਨ ਦਾ ਗਿਆਨ ਜੋ ਸਾਨੂੰ ਇਸ ਕਿਤਾਬ ਦੇ ਥਰੂ ਮਿਲਿਆ ਹੈ ਉਹ ਸਾਂਝਾ ਕਰਦੇ ਹਾਂ। ਰਸਨਾ ਨਾਮ ਕਰਨ ਸੁਨ ਜੀਵੈ, ਪ੍ਰਭ ਸਿਮਰ ਸਿਮਰ ਅਮਰ ਥਿਰ ਥੀਵੈ। ਗੰਗਾ ਜਲ ਗੁਰ ਗੋਬਿੰਦ ਨਾਮ, ਜੋ ਸਿਮਰੈ ਤਿਸ ਕੀ ਗਤ ਹੋਵੈ। ਪੀਬਤ ਬਹੁੜ ਨਾ ਜੋਨ ਪਰਮਾਮ, ਹੇ ਭਾਈ ਜੀਵ ਦੁਆਰਾ ਅਕਾਲ ਪੁਰਖ ਦਾ ਨਾਮ ਜਪਦੇ ਰਹੋ, ਕੰਨਾਂ ਨਾਲ ਉਸ ਦਾ ਨਾਮ ਸੁਣਦੇ ਰਹੋ। ਇਸ ਤਰ੍ਹਾਂ ਮਨੁੱਖ ਨੂੰ ਜੀਵਤ ਮੰਨਿਆ ਜਾ ਸਕਦਾ ਹੈ। ਲੋਕੀ ਗੰਗਾ ਅਸਲੀ ਗੰਗਾ ਜਲ ਹੈ, ਅਜਿਹਾ ਨਾਮ ਜਲ ਜੋ ਇਨਸਾਨ ਪੀਵੇਗਾ ਉਹ ਮੁਕਤ ਬੰਧਨ ਮੁਕਤ ਹੋ ਜਾਵੇਗਾ, ਉਸਦੀ ਅਨੇਕ ਪ੍ਰਕਾਰੀ ਭਟਕਣਾ ਮੁੱਕ ਜਾਵੇਗੀ, ਭਾਵ ਗੁਰੂ ਦੇ ਗਿਆਨ ਦੁਆਰਾ। ਹਰ ਜਨ ਸਿਮਰੋ ਹਿਰਦੈ ਰਾਮ, ਹਰ ਜਨ ਕੋ ਅਪਦਾ ਨਿਕਟ ਨ ਆਵੈ, ਪੂਰਨ ਦਾਸ ਕੇ ਕਾਮ। ਹੇ ਹਰੀ ਕੇ ਸੇਵਕ ਜਨੋ, ਨਿਰੰਕਾਰ ਨੂੰ ਵਿਖਾਵੇ ਮਾਤਰ ਨਹੀਂ ਹਿਰਦੇ ਵਿੱਚੋਂ ਯਾਦ ਕਰੋ। ਜੇ ਤੁਸੀਂ ਹਿਰਦੇ ਵਿੱਚ ਹਰੀ ਦਾ ਵਾਸਾ ਕਰ ਲਿਆ ਫਿਰ ਤੁਹਾਡੇ 'ਤੇ ਵਿਕਾਰਾਂ ਦਾ ਹਮਲਾ ਨਹੀਂ ਹੋ ਸਕੇਗਾ, ਅਡੋਲ ਜ਼ਿੰਦਗੀ ਬਤੀਤ ਕਰੋਗੇ। ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਹੇ ਭਾਈ ਪੂਰੇ ਗੁਰੂ ਦਾ ਉਪਦੇਸ਼ ਧਿਆਨ ਨਾਲ ਅਤੇ ਮਨ ਨਾਲ ਸੁਣ, ਪਰਮਾਤਮਾ ਤੈਨੂੰ ਨੇੜੇ ਤੋਂ ਨੇੜੇ ਗੁਰੂ ਵਿਖਾ ਦੇਵੇਗਾ। ਸਾਸ ਸਾਸ ਲਗਾਤਾਰ ਕਰਤਾਰ ਜੀ ਨੂੰ ਯਾਦ ਰੱਖੋ। ਇਸ ਤਰ੍ਹਾਂ ਕਰਨ ਨਾਲ ਮਨ ਦੀਆਂ ਚਿੰਤਾਵਾਂ ਸਭ ਖਤਮ ਹੋ ਜਾਣਗੀਆਂ। ਸਿਮਰਨ ਸ਼ਬਦ ਸਮ੍ਰਿਤੀ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਸਦਾ ਯਾਦ ਕਰਨਾ। ਉਹ ਤਰੀਕਾ ਵਰਤ ਕੇ ਸਤਿਗੁਰੂ ਜੀ ਮਨੁੱਖ ਨੂੰ ਗੁਣ ਭਰਪੂਰ ਬਣਾਉਣਾ ਚਾਹੁੰਦੇ ਹਨ। ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦ੍ਰੇਵੈ ਰਹਿ ਲਿਬਲਾਏ। ਹੇ ਭਾਈ ਜੇ ਕਰਤਾ ਪੁਰਖ ਮਿਹਰਬਾਨ ਹੋਵੇ ਤਾਂ ਮਨੁੱਖ ਉਸਦੀ ਯਾਦ ਵਿੱਚ ਜੁੜਦਾ ਹੈ, ਭਾਵ ਗੁਰੂ ਦੀ ਸਿੱਖਿਆ ਲੈ ਕੇ ਨੇਕ ਇਨਸਾਨ ਬਣ ਜਾਂਦਾ ਹੈ। ਆਤਮਾ ਅੰਦਰ ਨਿਮਰਤਾ ਭਾਵ ਪੈਦਾ ਹੋ ਜਾਂਦਾ ਹੈ, ਹਉਮੈ ਹੰਕਾਰ ਨੂੰ ਦੂਰ ਕਰ ਦੇਵੇ। ਗੁਰ ਕੇ ਪੱਗ ਸਿਮਰਿਓ ਦਿਨ ਰਾਤੀ, ਮਨ ਹਰ 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 ਬਸਿਆ, ਹਰ ਹਰ ਕਿਰਤ ਜਗ ਸਾਰੀ, ਘਸ ਚੰਦਨ ਜਸ ਘਸਿਆ। ਹੇ ਭਾਈ ਮੈਂ ਤਾਂ ਗੁਰੂ ਦੇ ਚਰਨ ਵਿੱਚ ਦਿਨ ਰਾਤ ਸਿਮਰਦਾ ਹਾਂ, ਭਾਵ ਗੁਰੂ ਦਾ ਉਪਦੇਸ਼ ਸੁਣ ਕੇ ਸਵੀਕਾਰ ਕਰਦਾ ਹਾਂ। ਇਸ ਲਈ ਮੇਰੇ ਹਿਰਦੇ ਵਿੱਚ ਹਰੀ ਚੰਗੀ ਤਰ੍ਹਾਂ ਵੱਸ ਗਿਆ ਹੈ। ਹਰੀ ਦੀ ਵਡਿਆਈ ਸਾਰੇ ਸੰਸਾਰ ਦੇ ਧਨ ਪਦਾਰਥਾਂ ਤੋਂ ਉੱਤਮ ਹੈ। ਜਿਵੇਂ ਚੰਦਨ ਨੂੰ ਸਿਲ ਪੱਥਰ 'ਤੇ ਘਸਾ ਕੇ ਸੁਗੰਧ ਚਾਰੇ ਪਾਸੇ ਫੈਲ ਜਾਂਦੀ ਹੈ, ਇਸੇ ਤਰ੍ਹਾਂ ਹਰੀ ਦੇ ਗੁਣ ਜਦੋਂ ਅੰਦਰ ਸਮਾ ਜਾਣ ਉਹ ਮਨੁੱਖ ਸਾਰੇ ਕਿਤੇ ਸੋਭਾ ਪਾਉਂਦਾ ਹੈ। ਸਿਮਰੈ ਧਰਤੀ ਅਰ ਅਕਾਸਾ, ਸਿਮਰੈ ਚੰਦ ਸੂਰਜ ਗੁਣ ਤਾਸਾ, ਪੌਣ ਪਾਣੀ ਬੇਸੰਤਰ ਸਿਮਰੈ, ਸਿਮਰੈ ਸਗਲ ਉਪਾਰਜਨ, ਸਿਮਰੈ ਪਸ਼ੂ ਪੰਖੀ ਸਭ ਸੁਭੂਤਾ, ਸਿਮਰੈ ਬਨ ਪਰਬਤ ਉਪਧੂਤਾ, ਲਤਾ ਬਲੀ ਸਾਖ ਸਭ ਸਿਮਰੈ,
ਰਬ ਰਿਹਾ ਸੁਆਮੀ ਸਭ ਮਨਾ, ਸਿਮਰੈ ਥੂਲ ਸੂਖਮ ਸਭ ਜਨਤਾ, ਸਿਮਰੈ ਸਿੱਧ ਸਾਧਕ ਹਰ ਮੰਤਾ, ਗੁਪਤ ਪ੍ਰਗਟ ਸਿਮਰੈ ਪ੍ਰਭ ਮੇਰੇ, ਸਗਲ ਭਵਨ ਕਾ ਪ੍ਰਭ ਤਨਾ। ਹੇ ਭਾਈ, ਅਕਾਲ ਪੁਰਖ ਨੂੰ ਧਰਤੀ ਸਿਮਰਦੀ ਹੈ, ਆਕਾਸ ਵੀ ਸਿਮਰਨ ਕਰਦਾ ਹੈ, ਚੰਦ ਸੂਰਜ ਵੀ ਪ੍ਰਭੂ ਨੂੰ ਗੁਣਵਾਨ ਜਾਣ ਕੇ ਸਿਮਰਦੇ ਹਨ, ਹਵਾ ਅਤੇ ਪਾਣੀ ਵੀ ਪ੍ਰਭੂ ਦਾ ਸਿਮਰਨ ਕਰਦੇ ਹਨ, ਅਗਨੀ ਵੀ ਉਸ ਦਾ ਸਿਮਰਨ ਕਰਦੀ ਹੈ, ਸਾਰੇ ਜੋ ਪੈਦਾ ਹੋਏ ਹਨ ਰੱਬ ਜੀ ਨੂੰ ਸਿਮਰ ਰਹੇ ਹਨ, ਪ੍ਰਭ ਦਾ ਸਿਮਰਨ ਪਸ਼ੂ ਪੰਛੀ ਦਿਸਦੇ ਹਨ, ਦਿਸਦੇ ਸਭ ਕਰਦੇ ਹਨ, ਵਣ ਜੰਗਲ ਪਰਬਤ ਸਭ ਉਸੇ ਦਾ ਸਿਮਰਨ ਕਰਦੇ ਹਨ, ਬੇਲਾਂ ਟਹਿਣੀਆਂ ਫੁੱਲ ਆਦਿ ਨਿਰੰਕਾਰ ਦਾ ਸਿਮਰਨ ਕਰ ਰਹੇ ਹਨ, ਕਿਉਂਕਿ ਜੋਤ ਰੂਪ ਵਿੱਚ ਪ੍ਰਭ ਸਾਰਿਆਂ ਵਿੱਚ ਮੌਜੂਦ ਹੈ, ਸੂਖਮ ਅਤੇ ਸਥੂਲ ਹੋਰ ਜੀਵ ਜੰਤ ਸਭ ਸਿਮਰਨ ਕਰਦੇ ਹਨ, ਸਿੱਧ ਯੋਗੀ ਸਾਧਨਾ ਕਰਨ ਵਾਲੇ ਹਰੀ ਦਾ ਮੰਤਰ ਸਿਮਰ ਰਹੇ ਹਨ, ਕੋਈ ਗੁਪਤ ਹਨ ਕੋਈ ਦਿਸਦੇ ਹਨ, ਪਰ ਇੱਕ ਗੱਲ ਸੱਚ ਹੈ ਕਿ ਸਿਮਰਨ ਸਾਰੇ ਹੀ ਕਰ ਰਹੇ ਹਨ। ਇੱਥੇ ਵਿਸ਼ੇਸ਼ ਧਿਆਨ ਦੇਣ ਯੋਗ ਇੱਕ ਨੁਕਤਾ ਹੈ ਕਿ ਜੋ ਕੰਮ ਕੋਈ ਵਿਅਕਤੀ ਜਾਂ ਵਸਤੂ ਕਰ ਰਹੀ ਹੈ ਉਸਦਾ ਉਹੀ ਸਿਮਰਨ ਹੈ, ਚੋਰ ਦਾ ਚੋਰੀ ਹੀ ਸਿਮਰਨ ਹੈ, ਜੁਆਰੀ ਦਾ ਜੂਆ, ਕਾਮੀ ਦਾ ਕਾਮ ਵਾਸਨਾ, ਠੀਕ ਅਤੇ ਗਲਤ ਦੀ ਪਛਾਣ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਪਾਠਕ ਜਨੋ, ਇਸ ਪ੍ਰਮਾਣ ਵਿਚਲੇ ਸਿਮਰਨ ਸ਼ਬਦ ਨੂੰ ਧਿਆਨ ਨਾਲ ਵੇਖਣਾ, ਕੌਣ ਕੌਣ ਸਿਮਰਨ ਕਰਦੇ ਗਿਣਾਏ ਹਨ ਦੁਬਾਰਾ ਪੜ੍ਹ ਵੇਖਣਾ, ਮੇਰੇ ਕੀਤੇ ਅਰਥਾਂ 'ਤੇ ਸ਼ੰਕਾ ਹੋਵੇ ਤਾਂ ਪ੍ਰੋਫੈਸਰ ਸਾਹਿਬ ਸਿੰਘ ਵੱਲ ਦਰਪਣਾ। ਮਾਤਾ ਗਰਭ ਮੈਂ ਆਪਨ ਸਿਮਰਨ, ਦੇਤੈ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿ ਮੈਂ, ਤਾਰੈ ਤਾਰਨ ਹਾਰੇ। ਹੇ ਭਾਈ, ਨਿਰੰਕਾਰ ਮਾਤਾ ਦੇ ਗਰਭ ਵਿੱਚ ਸਿਮਰਨ ਰਾਹੀਂ ਰਾਖੀ ਕਰਦਾ ਹੈ, ਅੱਗ ਦਾ ਸਮੁੰਦਰ ਹੈ, ਚਾਰੇ ਪਾਸੇ ਅੱਗ ਦੀਆਂ ਲਹਿਰਾਂ ਲਾਟਾਂ ਭਸਮ ਕਰਨ ਲਈ ਲਪਟ ਰਹੀਆਂ ਹਨ। ਹੇ ਨਿਰੰਕਾਰ, ਅਜੀ ਮੁਸ਼ਕਲ ਵਿੱਚ ਵੀ ਤੂੰ ਬਚਾ ਸਕਦਾ, ਇਹੀ ਤੇਰੀ ਵਡਿਆਈ ਹੈ। ਉਡੈ ਊੜ ਆਵੈ ਸੋ ਕੋਸਾ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਨ ਖਲਾਵੈ ਕਵਨ ਚਗਾਵੈ, ਮਨ ਮੈਂ ਸਿਮਰਨ ਕਰਿਆ। ਹੇ ਭਾਈ, ਮੌਸਮ ਬਦਲਣ ਨਾਲ ਕਈ ਪੰਛੀ ਆਪਣਾ ਟਿਕਾਣਾ ਬਦਲ ਲੈਂਦੇ ਹਨ, ਸੈਂਕੜੇ ਮੀਲਾਂ ਦਾ ਸਫ਼ਰ ਕਰਕੇ ਦੂਰ ਦੇ ਇਲਾਕਿਆਂ ਵੱਲ ਚਲੇ ਜਾਂਦੇ ਹਨ ਜਿੱਥੇ ਚੰਗੀ ਖੁਰਾਕ ਮਿਲ ਸਕਦੀ ਹੋਵੇ। ਇਹ ਪੰਛੀ ਕੂੰਜਾਂ ਆਦਿ ਆਪਣੇ ਅੰਡੇ ਪਿੱਛੇ ਆਲ੍ਹਣਿਆਂ ਵਿੱਚ ਛੱਡ ਆਉਂਦੇ ਹਨ, ਪਿੱਛੇ ਅੰਡਿਆਂ ਦੀ ਸੰਭਾਲ ਕੌਣ ਕਰਦਾ ਹੈ, ਬੱਚਿਆਂ ਨੂੰ ਕੌਣ ਚੋਗਾ ਚੁਗਾਉਂਦਾ, ਉਸ ਪ੍ਰਭੂ ਦਾ ਸਿਮਰਨ ਕੁਦਰਤੀ ਕਾਨੂੰਨ ਹੀ ਉਹਨਾਂ ਨੂੰ ਪਾਲਦਾ ਹੈ। ਯਾਦ ਰਹੇ, ਹਜ਼ਾਰਾਂ ਵਿੱਚੋਂ ਸੈਂਕੜੇ ਬੱਚੇ ਹੀ ਜਵਾਨ ਹੁੰਦੇ ਹਨ, ਬਹੁਤ ਸਾਰੇ ਬਚਪਨ ਵਿੱਚ ਹੀ ਮਰ ਜਾਂਦੇ ਹਨ, ਮਾਸਾਹਾਰੀ ਜਾਨਵਰ ਇਹਨਾਂ ਨੂੰ ਖਾ ਜਾਂਦੇ ਹਨ। ਇੱਥੇ ਵੀ ਸਿਮਰਨ ਰੱਬੀ ਨਿਯਮ ਨੂੰ ਕਿਹਾ ਗਿਆ ਹੈ। ਹੋਰ ਕੂੰਜਾਂ ਜਾਂ ਉਹਨਾਂ ਦੇ ਬੱਚੇ ਕਿਹੜੇ ਧਰਮ ਨੂੰ ਮੰਨਦੇ ਹਨ, ਕਿਹੜੇ ਧਰਮ ਮੁਖੀ ਤੋਂ ਗੁਰੂ ਮੰਤਰ ਲੈ ਕੇ ਆਏ ਹਨ, ਇਹ ਦਲੀਲਾਂ ਮਨੁੱਖੀ ਮਨ ਨੂੰ ਮਜ਼ਬੂਤ ਕਰਨ ਲਈ ਹਨ। ਸੱਪਣੀ ਆਪਣੇ ਹੀ ਆਂਡਿਆਂ ਨੂੰ ਖਾ ਜਾਂਦੀ ਹੈ, ਮੱਛੀਆਂ ਆਪਣੇ ਤੋਂ ਛੋਟੀਆਂ ਮੱਛੀਆਂ ਨੂੰ ਨਿੱਤ ਖਾਂਦੀਆਂ ਹਨ, ਹੋਰ ਮਾਸਾਹਾਰੀ ਜੀਵ ਲੋੜ ਮੁਤਾਬਕ ਜੀਵਾਂ ਨੂੰ ਮਾਰ ਕੇ ਖਾ ਜਾਂਦੇ ਹਨ। ਇਹ ਮਰਨ ਵਾਲੇ ਕਮਜ਼ੋਰ ਜੀਵ ਸਿਮਰਨ ਕਰਕੇ ਜਾਨ ਕਿਉਂ ਨਹੀਂ ਬਚਾ ਲੈਂਦੇ, ਜਾਂ ਮਾਸਾਹਾਰੀ ਜੀਵਾਂ ਦਾ ਸੁਭਾਅ ਰੱਬ ਨੇ ਅਜਿਹਾ ਕਿਉਂ ਬਣਾ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿੱਚ ਸਿਮਰਨ ਸਿਮਰਨ ਸਿਮਰੋ ਸਿਮਰੈ ਇਹਨਾਂ ਸਾਰੇ ਰੂਪਾਂ ਵਿੱਚ ਸਿਮਰਨ ਸ਼ਬਦ 736 ਵਾਰ ਵਰਤਿਆ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਸਿਮਰਨ ਕਰਿਆ ਕਰੀਏ।